ਇਹ ਬਬਲ ਫ੍ਰੀ ਆ ਟੇਪ ਇਹਦੇ ਵਿੱਚੋਂ ਤੁਸੀਂ ਇਹਦੀ ਇਹ ਨਿਸ਼ਾਨੀ ਹੁੰਦੀ ਆ ਆ ਡਾਟ ਨੇ ਇਹਦੇ ਵਿੱਚ ਦੇਖੋ ਠੀਕ ਹੈ ਠੀਕ ਆ ਨਾ ਜੀ ਓਕੇ ਇਹਨੂੰ ਚਾਹੇ ਆਪਾਂ 5 ਸਾਲਾਂ ਬਾਅਦ ਉਤਾਰੀਏ ਗੱਡੀ ਤੋਂ ਇੱਕ ਤਾਂ ਗਮ ਨਹੀਂ ਸੜਦੀ ਹੈਗੀ ਤੇ ਉਤਰੂ ਆਸਾਨੀ ਨਾਲ ਉਹ ਵੀ ਉਤਰ ਜਾਂਦੀ ਹੈ ਇਹਦੇ ਵਿੱਚ ਬਬਲ ਨਹੀਂ ਆਉਂਦਾ ਹੈਗਾ ਜੀ ਤੇ ਜਿਵੇਂ ਆ ਨੇਗੀਆਂ ਇਹ ਨਾਰਮਲ ਆ ਗਈਆਂ ਜੀ ਇਹਨਾਂ 'ਚ ਬਬਲ ਵਗੈਰਾ ਆਉਣਗੇ ਤੇ ਇਹ ਗਮ ਛੱਡੂਗੀ ਬਾਅਦ 'ਚੋਂ ਓਕੇ ਇਹ ਦੇਖੋਗੇ ਤੁਸੀਂ ਵੀਰੇ ਇਹ ਆਪਾਂ ਤੁਹਾਡੇ ਲਈ ਸਪੈਸ਼ਲ ਬਣਾਇਆ ਹੋਇਆ ਹਾਂਜੀ ਵੀਰੇ ਇਹ ਤੁਹਾਨੂੰ ਕਿਤੇ ਮਿਲੂਗਾ ਨਹੀਂ ਹੈਗਾ ਠੀਕ ਹੈ ਜਿਹੜਾ ਸਾਡੇ ਕੋਲ ਵਧੀਆ ਕਸਟਮਰ ਨੇ ਸਾਨੂੰ ਫਿਰ ਕੁਛ ਨਾ ਕੁਛ ਕਰਨਾ ਪੈਂਦਾ ਜੀ ਉਹਨਾਂ ਲਈ ਮਤਲਬ ਕਿ ਜਿਹੜਾ ਅਸੀਂ ਕਹੀਏ ਵੀ ਇਹ ਸਾਡਾ ਲੋਗੋ ਬਣਾਇਆ ਹੋਇਆ ਠੀਕ ਹੈ ਮੋਹਰ ਲੱਗੀ ਹੋਈ ਹੈ ਸਾਡੀ ਵੀ ਕੋਈ ਕਿਸੇ ਹੋਰ ਨਹੀਂ ਮਿਲਦਾ ਤੁਹਾਨੂੰ ਲੱਗਿਆ ਵੀ ਤੁਹਾਡੀ ਗੱਡੀ ਤੇ ਆ ਪਹਿਲਾਂ ਓਕੇ ਇਹ ਪਹਿਲਾਂ ਹੀ ਲਾਇਆ ਬਾਈ ਹਨਾ ਆਪਾਂ ਜਿਹੜੀ ਇੰਡੀਆ ਦੇ ਵਿੱਚ ਇਹ ਸਟicker ਆਪਣਾ ਪਹਿਲਾਂ ਹੀ ਬਾਈ ਨੇ ਆਪਣੇ ਮਾਈਂਡ ਨਾਲ ਬਣਾ ਕੇ ਲਾਇਆ ਆਪਣੇ ਮਾਈਂਡ ਨਾਲ ਬਣਾ ਕੇ ਕੋਈ ਕਿਸੇ ਦਾ ਬ੍ਰੋਕਨ ਹੋਇਆ ਹੋਇਆ ਜੀ ਪਿੱਛੋਂ ਫੋਨ ਠੀਕ ਹੈ ਉਹਦੇ ਜੀ ਲੁੱਕ ਬਿਲਕੁਲ ਚੇਂਜ ਹੋ ਜਾਂਦੀ ਹੈ ਜੀ ਅੱਛਾ ਜਿਵੇਂ ਹੁਣ ਇਹ ਵਾਲੀ ਹੈ ਵੀਰੇ ਹਨਾ ਇਹਨੂੰ ਜਿਵੇਂ ਆਈਫੋਨ ਜਿਹੜਾ ਮਰਜ਼ੀ ਹੈਗਾ ਉਹਦੀ ਸ਼ੇਪ 'ਚ ਤੁਸੀਂ ਉਹਦੀ ਸ਼ੇਪ 'ਚ ਕੱਟ ਕੇ ਜੀ ਹਾਂਜੀ ਉਹਦੀ ਸ਼ੇਪ 'ਚ ਕੱਟ ਕੇ ਤੁਸੀਂ ਲਾ ਦੇਣਾ ਲਾ ਲਾਂਗੇ ਜੀ ਠੀਕ ਹੈ ਵੀਰੇ ਲਓ ਜੀ ਬਾਈ ਮਿੱਤਰੋ ਤੇ ਇਹਨੂੰ ਆ ਜਾਂਦੇ ਨੇ ਜਿੱਦਾਂ ਆ ਦੇਖੋ ਟੈਕਸਚਰ ਹੋਣਗੇ ਇਹਦੇ 'ਚ ਠੀਕ ਹੈ ਜੀ ਇਹ 3D ਸਕਿਨ ਆ ਜਾਂਦੀ ਹੈ ਜੀ ਓਕੇ ਹਾਂ ਇਹ ਥੋੜੀ ਆਮ ਨਾਲੋਂ ਕੋਸਟਲੀ ਹੁੰਦੀ ਹੈਗੀ ਓਕੇ ਇਹ ਕੋਈ ਕੋਈ ਜਿਹੜਾ ਕੋਈ ਅਸੀਂ ਨੇ ਸਪੈਸ਼ਲ ਲਵਾਉਣੀ ਹੈ ਜੀ ਓਕੇ ਚੈੱਕ ਕਰੋ ਜੀ ਤੁਸੀਂ ਇਹ ਇੰਬੋਸਡ ਵਾਲੀ ਆ ਗਈ ਹੈ ਨਾ ਹਾਂਜੀ ਹਾਂਜੀ ਇਹ ਉੱਪਰ ਨੂੰ ਉੱਭਰੀ ਹੋਈ ਹੁੰਦੀ ਹੈ ਉੱਪਰ ਨੂੰ ਹੁੰਦੀ ਹੈ ਮੰਨ ਕੇ ਚਲੋ ਆਈਫੋਨ 13 ਦੀ ਕਟਿੰਗ ਜਿਹੜੀ ਕਰਨੀ ਆ ਲੋਗੋ ਵੀ ਵਿੱਚੋਂ ਨਿਕਲੂਗਾ ਜੀ ਉਹਦੇ ਲੋਗੋ ਵੀ ਵਿੱਚੋਂ ਨਿਕਲੂਗਾ ਠੀਕ ਹੈ ਆਲੀ ਚੀਜ਼ ਵੀ ਨਿਕਲ ਆਣੀ ਆ ਕੈਮਰੇ ਦੀ ਕਿਨਾਰੀਆਂ ਵੀ ਹਾਂਜੀ ਇਕੱਲੀ ਫਲੈਸ਼ ਤੱਕ ਦੀ ਵੀ ਤੁਹਾਡੀ ਕਟਿੰਗ 00 ਫਿਟਿੰਗ ਕਰਕੇ ਆ ਹੋਈ ਹੋਈ ਹੈ ਜਿਵੇਂ ਆਲੀ ਹੋਈ ਹੋਈ ਚੈੱਕ ਕਰੋ ਤੁਸੀਂ ਦੇਖੋ ਲਓ ਜੀ ਆ ਸਾਰੀ ਕੰਮ ਬਹੁਤ ਪੁਰਾਣਾ ਬਾਈ 1999 ਤੋਂ 1999 ਤੋਂ ਕੰਮ ਬਹੁਤ ਸੁਲਝੇ ਹੋਏ ਬਾਈ ਨੇ ਨਾ ਬਹੁਤ ਪਿਆਰ ਨਾਲ ਵੀ ਤੁਹਾਡਾ ਕੰਮ ਆ ਨਾ ਜਿਹੜਾ ਮਤਲਬ ਬਾਈ ਹੋਰੀ ਕੰਮ ਕਰ ਰਹੇ ਨੇ ਜਿੰਨਾ ਟਾਈਮ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਹੁੰਦੀ ਉਹਨਾਂ ਟਾਈਮ ਉਹਨੂੰ ਇਹ ਨਹੀਂ ਕਰਦੇ ਵੀਰ ਵੀਰ ਅੱਕਣ ਵਾਲਾ ਕੰਮ ਨਹੀਂ ਕਰਦੇ ਸਾਨੂੰ ਬਾਵਾ ਟਾਈਮ ਹੋ ਗਿਆ ਬਾਈ ਨਾ ਸਾਡੇ ਕੋਲ ਖੁਸ਼ ਕਰਕੇ ਹੀ ਤੋਰੀ ਜਿਵੇਂ ਬਾਈ ਨੇ ਨਾ ਆ ਦੇਖੋ ਆਪਦੇ ਨਾਮ ਦਾ ਇਹ ਲਾਈਟਿੰਗ ਵਾਲੀ ਪਲੇਟ ਬਣਾਉਣੀ ਵਾਲੀ ਪਲੇਟ ਲਾਈ ਹੋਈ ਹੈਗੀ ਨੇਮ ਪਲੇਟ ਬਣਾਉਣੀ ਹੋਵੇ ਕਿਸੇ ਨੇ ਇਹ ਵੀ ਬਣਵਾਉਣੀ ਹੋਵੇ ਘਰ ਵਾਲੀ ਨੇਮ ਪਲੇਟ ਬਣਵਾਉਣੀ ਹੋਵੇ ਠੀਕ ਹੈ ਵੀਰੇ ਤੁਸੀਂ ਕੁਝ ਵੀ ਕਰਾਉਣਾ ਨਾ ਆਪਾਂ ਕਹਦੇ ਵੀ ਆਪਾਂ ਮਹਿੰਗੇ ਸੰਦ ਲਏ ਹੁੰਦੇ ਨੇ ਆਪਾਂ ਉਹਦੇ ਤੇ ਕੁਝ ਕਰਾਈਏ ਤਾਂ ਸੋਹਣਾ ਲੱਗੇ ਹਾਂਜੀ ਹਾਂ ਵੀ ਕਿਸੇ ਪਾਸੋਂ ਕੋਈ ਕਮੀ ਨਾ ਰਹੇ ਇਸ ਕਰਕੇ ਬਾਈ ਹੋਲੇ ਤੁਸੀਂ ਵਿਜ਼ਿਟ ਕਰ ਸਕਦੇ ਹੋਗੇ ਤੇ ਰੇਟ ਵੀ ਜੈਨੂਇਨ ਹੋਣਗੇ ਐਸੀ ਗੱਲ ਨਹੀਂ ਨਾ ਮਾਰਕੀਟ ਨਾਲੋਂ ਕਿਤੇ ਕੁਆਲਿਟੀ ਕੁਆਲਿਟੀ ਦੇ ਹਿਸਾਬ ਨਾਲ ਰੇਟ ਹੋਊਗਾ ਹਾਂਜੀ ਕੁਆਲਿਟੀ ਦੇ ਲੋ ਵੀ ਮਿੱਤਰੋ ਅੱਜ ਆਪਾਂ ਧੂਰੀ ਸ਼ਹਿਰ ਦੇ ਵਿੱਚ ਖੜਾ ਐਂਡ ਤੱਕ ਬਣੇ ਰਹੋ ਜਿਹੜੇ ਬਾਈ ਕੁਆਲਿਟੀ ਨੂੰ ਪਸੰਦ ਕਰਦੇ ਨੇ ਨਾ ਉਹ ਐਂਡ ਤੱਕ ਵੀਡੀਓ ਦੇਖਿਓ ਤੇ ਬਾਈ ਨੂੰ ਲਗਭਗ ਨਾ ਕਰਦੇ ਬਾਈ 25 ਸਾਲ ਦਾ ਤਜਰਬਾ ਅਸੀਂ ਵੀ ਛੋਟੇ ਛੋਟੇ ਜਿਹੇ ਹੁੰਦੇ ਸੀ ਨਾ ਜਦੋਂ ਬਾਈ ਤੋਂ ਕਦੇ ਬਾਈਕ ਦੇ ਟੇਪ ਕਰਾਉਣ ਲੱਗੇ ਕਦੇ ਕੁਝ ਕਰਾਉਂਦੇ ਸੀ ਬਹੁਤ ਕੁਝ ਕਰਾਇਆ ਬਾਈ ਤੋਂ ਤੇ ਅੱਜ ਚਲੋ ਮਹਾਰਾਜ ਨੇ ਨਾ ਗੱਡੀਆਂ ਦੇ ਉਗਰੇ ਕਰਤਾ ਹੁਣ ਗੱਡੀਆਂ ਦੇ ਵੀ ਟੇਪਾਂ ਲਵਾਉਣੇ ਆਪਾਂ ਤੇ ਬਾਈ ਬਹੁਤ ਵੱਡਾ ਤਜਰਬਾ ਬਾਈ ਨੂੰ ਤੇ ਬਾਈ ਕੁਆਲਿਟੀ ਦੇ ਵਿੱਚ ਕੰਮ ਕਰਦਾ ਤੇ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਸ਼ਿੰਦਾ ਆਪਣੇ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਸਵਾਗਤ ਆ ਵੀਰੇ ਆਪਣੇ ਪੇਜ ਉੱਤੇ ਹਾਂਜੀ ਹਾਂ ਵਧੀਆ ਜੀ ਤੇ ਪਲੈਨਿੰਗ ਦਾ ਬਹੁਤ ਟਾਈਮ ਹੋ ਗਿਆ ਸੀ ਨਾ ਆਪਾਂ ਕਰਦੇ ਨੂੰ ਵਿਆਹ ਦੀ ਹਾਂ ਬਹੁਤ ਟਾਈਮ ਦੀ ਪਲੈਨਿੰਗ ਚੱਲ ਰਹੀ ਹੈ ਜੀ ਤੇ ਬਾਈ ਆਪਣਾ ਨਾ ਬੇਸਿਕਲੀ ਕੰਮ ਹੈ ਕਿਆ ਆਪਣਾ ਪੇਂਟਿੰਗ ਦਾ ਕੰਮ ਆ ਜੀ ਬੇਸਿਕਲੀ ਤਾਂ ਜਦੋਂ ਅਸੀਂ ਨੇ ਕੰਮ ਸਟਾਰਟ ਕਰਿਆ ਜੀ ਹਾਂਜੀ ਹਾਂਜੀ ਵੀਰੇ ਉਦੋਂ ਆ ਕੰਪਿਊਟਰ ਯੁੱਗ ਤਾਂ ਹੈ ਨਹੀਂ ਸੀਗਾ ਜੀ ਉਹਦਾ ਪਤਾ ਹੀ ਹੈ ਜੀ ਉਹ ਲਗਭਗ 25 ਸਾਲ ਦੀ ਪਹਿਲਾਂ ਦੀ ਗੱਲਾਂ ਰਹੀਆਂ ਹਾਂਜੀ ਹਾਂਜੀ ਉਦੋਂ ਅਸੀਂ ਨੇ ਮਤਲਬ ਹੱਥ ਨਾਲ ਲਿਖਾਈ ਕਰਦੇ ਹੁੰਦੇ ਸੀਗੇ ਹੱਥ ਨਾਲ ਪੇਂਟਿੰਗਾਂ ਕਰਦੇ ਹੁੰਦੇ ਸੀਗੇ ਓਕੇ ਬੋਰਡ ਲਿਖਦੇ ਹੁੰਦੇ ਸੀ ਹੱਥ ਨਾਲ ਲਿਖਦੇ ਹੁੰਦੇ ਸੀ ਹੈਂਡ ਮੇਡ ਅਜੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਹ ਦੇਖੋ ਤੁਸੀਂ ਜਿਵੇਂ ਆਹ ਸਾਰੀਆਂ 20-22 ਸਾਲ ਪੁਰਾਣੀਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ 2001 ਲਿਖਿਆ ਹੋਇਆ ਇਹ ਆਪਦੇ ਹੱਥੀ ਬਣਾਈ ਹੋਈ ਇਹ ਹੱਥੀ ਬਣਾਈਆਂ ਹੋਈਆਂ ਨੇ ਜੀ ਤੁਸੀਂ ਠੀਕ ਹੈ ਵੀਰੇ ਲੋ ਜੀ ਬਾਈ ਜਿਹੜੀ ਆਹ ਵਾਲੀ ਕਾਰੀਗਰੀ ਹੈ ਨਾ ਸਾਰੀ ਜਿਹੜੀ ਆਪਾਂ ਦੇਖ ਰਹੇ ਹਾਂ ਇਹ ਤੁਸੀਂ ਦੱਸੋ ਕਿਹਦੀ ਹੋ ਸਕਦੀ ਹੈ ਫੋਟੋ ਇਹ ਪੇਂਟਿੰਗ ਇਹ ਕਲਾਕਾਰ ਆ ਜੀ ਕੋਈ ਇਹ ਹੇਮਾ ਮਾਲਣੀ ਦੀ ਫੋਟੋ ਹੈ ਜੀ ਹੇਮਾ ਮਾਲਣੀ ਦੀ ਫੋਟੋ ਤੁਸੀਂ ਅੱਖਾਂ ਤੋਂ ਦੇਖੋ ਵੀ ਉੱਥੋਂ ਪਤਾ ਲੱਗੂ ਇਹਦੇ ਫੇਸ ਤੋਂ ਠੀਕ ਹੈ ਇਹ ਹੇਮਾ ਮਾਲਣੀ ਹੈ ਓਕੇ ਲੋ ਜੀ ਬਾਈ ਇਹ 20-25 ਸਾਲ ਪੁਰਾਣੀਆਂ ਬਣਾਈਆਂ ਹੋਈਆਂ ਨੇ ਤੁਸੀਂ ਕੁਆਲਿਟੀ ਦੇਖ ਰਹੇਗੇ ਆਪਾਂ ਨੂੰ ਆਇਆ ਲੱਗੂਗਾ ਵੀ ਜਿਵੇਂ ਹਨਾ ਵੀ ਸਾਲ ਡੇਢ ਸਾਲ ਹੋਇਆ ਉਧਰ ਆਪਾਂ ਨੇ ਰਾਣੇ ਨੂੰ ਗਿਫਟ ਕੀਤੀ ਸੀਗੀ ਜੀ ਫੋਟੋ ਆਪਾਂ ਉਹ ਬਾਈ ਹਨਾ ਰਣਵੀਰ ਰਾਣੇ ਦੀ ਫੋਟੋ ਰਣਵੀਰ ਰਾਣੇ ਨੂੰ ਗਿਫਟ ਬਣਾ ਕੇ ਠੀਕ ਹੈ ਵੀਰੇ ਤੇ ਇੱਧਰ ਬਾਬਾ ਹਨਾ ਜਿਵੇਂ ਸਿਗਾਰ ਪੀ ਰਿਹਾ ਹਾਂ ਜੀ ਹਾਂ ਠੀਕ ਹੈ ਵੀਰੇ ਇਹ ਜਿਹੜਾ ਬਾਬੇ ਵਾਲੀ ਫੋਟੋ ਆ ਆਪਦੇ ਆਪ ਆਈਡੀਆ ਆਇਆ ਹੋਇਆ ਆਏ ਆ ਆਪਣੇ ਦਿਮਾਗ 'ਚ ਮਤਲਬ ਐ ਨਹੀਂ ਹੈਗਾ ਕਿ ਤੂੰ ਕਾਪੀ ਕੀਤੀ ਹੋਈ ਹੈਗੀ ਓਕੇ ਉਹ ਸਾਹਮਣੇ ਵੀ ਲੱਗੀਆਂ ਹੋਈਆਂ ਦੇਖੋ ਇੱਧਰ ਵੀ ਸਕੈਚ ਲੱਗੇ ਹੋਏ ਨੇ ਬਾਈ ਨਾ ਸਕੈਚ ਜਿਹੜੇ ਬਣਾਏ ਨੇ ਸਾਰੇ ਆਪ ਬਣਾਏ ਹੋਏ ਨੇ ਤੇ ਬਟ ਹੁਣ ਹਨਾ ਇਹਨਾਂ ਦਾ ਟ੍ਰੈਂਡ ਥੋੜਾ ਜਿਹਾ ਆਪਾਂ ਕਹਿੰਦੇ ਪਿੱਛੇ ਰਹਿ ਗਿਆ ਪਿੱਛੇ ਹੋ ਗਿਆ ਜੀ ਹੁਣ ਅੱਜ ਉਹੀ ਗੱਲ ਕਹਿੰਦੇ ਨੇ ਵੀ ਸਮੇਂ ਦੇ ਹਿਸਾਬ ਨਾਲ ਚੇਂਜ ਹੋਣਾ ਪੈਂਦਾ ਜੀ ਹਾਂ ਉਹ ਤੁਸੀਂ ਹੋ ਗਏ ਹਾਂ ਜੀ ਉਹ ਬਸ ਅਸੀਂ ਸਮੇਂ ਦੇ ਹਿਸਾਬ ਨਾਲ ਚੇਂਜ ਹੁੰਦੇ ਗਏ ਆ ਜੀ ਠੀਕ ਹੈ ਵੀਰੇ ਅੱਜ ਰੱਬ ਦੀ ਕਿਰਪਾ ਨਾਲ ਕੰਪਿਊਟਰ ਲੱਗਿਆ ਹੋਇਆ ਮਸ਼ੀਨਾਂ ਹੈਗੀਆਂ ਨੇਗੀਆਂ ਠੀਕ ਹੈ ਵੀਰੇ ਸਾਰਾ ਕੰਮ ਹੈ ਆਪਣੇ ਕੋਲ ਡਿਜੀਟਲ ਕੰਮ ਸਾਰਾ ਹੀ ਆ ਜਿਹੜਾ ਅੱਜ ਦੇ ਹਿਸਾਬ ਨਾਲ ਚੱਲਦਾ ਹੈ ਤੇ ਸਪੈਸ਼ਲੀ ਜਿਵੇਂ ਹਨਾ ਵੀ
ਬਾਕੀ ਨਾਲ ਰੇਟ ਦਾ ਬਹੁਤ ਫਰਕ ਹੈ ਜੀ। ਠੀਕ ਹੈ, ਮੇਰੇ ਕੋਲ ਨਾ ਜੀ ਕਸਟਮਰ ਸਾਰੇ ਤਰ੍ਹਾਂ ਦਾ ਹੀ ਆਉਂਦਾ। ਠੀਕ ਹੈ, ਜਿਹੜਾ ਮਤਲਬ ਕਿ ਸਾਨੂੰ ਪਤਾ ਲੱਗ ਜਾਂਦਾ ਵੈਸੇ ਤਾਂ ਕਸਟਮਰ ਦਾ ਵੀ ਕਿਹੋ ਜਿਹਾ ਗਾ ਇਹ। ਠੀਕ ਹੈ, ਜਿਹੜਾ ਸਾਡੇ ਕੋਲ ਕਸਟਮਰ ਪੁਰਾਣੇ ਲੱਗੇ ਹੋਏ ਨੇ 15-15-20 ਸਾਲਾਂ ਤੋਂ, ਤਾਂ ਸਾਨੂੰ ਆ ਕੇ ਕਹਿ ਦਿੰਦੇ ਨੇ ਬਸ ਤੂੰ ਕੰਮ ਕਰਦੇ, ਪੈਸੇ ਵਾਲਾ ਕੋਈ ਚੱਕਰ ਨਹੀਂ ਹੈਗਾ। ਠੀਕ ਹੈ, ਠੀਕ ਹੈ ਨਾ, ਉਹਨਾਂ ਨੂੰ ਫਿਰ ਉਸ ਹਿਸਾਬ ਨਾਲ ਕੰਮ ਕਰਨਾ ਪੈਂਦਾ ਜੀ। ਜਿਹੜੇ ਹੁਣ ਅੱਜ ਕੱਲ੍ਹ ਵਾਲੇ ਨੇ ਮਾਰਕੀਟ ਦੇ ਜਿਹੜੇ ਡਾਊਨ ਰੇਟ ਚੱਲਦਾ, ਫਿਰ ਉਸ ਹਿਸਾਬ ਨਾਲ ਉਹਨਾਂ ਦਾ ਕੰਮ ਕਰਨਾ, ਉਹੋ ਜਿਹੀ ਕੁਆਲਿਟੀ ਦੇਣੀ ਪੈਂਦੀ ਹੈ। ਠੀਕ ਹੈ, ਕੁਆਲਿਟੀ ਸਾਰੇ ਤਰ੍ਹਾਂ ਦੀ ਹੈਗੀ ਆਪਣੇ ਕੋਲ। ਓਕੇ, ਹੁਣ ਤੁਸੀਂ ਆਹ ਸੋਨੇ ਚੱਕੀ ਆ ਇੱਕ ਸੀਟ, ਇੱਕ ਤੁਹਾਡੇ ਲਵੇ ਆਹ ਸੀਟ ਪਈ ਹੈਗੀ, ਇਹ ਦੋਨੇ ਮੈਟ ਨੇ, ਇੱਕ ਆਹ ਪਈ ਹੈਗੀ ਤੁਹਾਡੇ ਕੋਲੇ, ਤੁਸੀਂ ਚੈੱਕ ਕਰ ਲਓ ਵੀ ਇਹ ਤਿੰਨ ਨੇਗੀਆਂ। ਠੀਕ ਹੈ, ਤਿੰਨੇ ਹੈਗੀਆਂ ਮੈਟ ਨੇ, ਪਰ ਇਹਦੇ ਵਿੱਚ ਸਾਨੂੰ ਪਤਾ ਵੀ ਕਿਹੜੀ ਕੁਆਲਿਟੀ ਵਧੀਆ ਕਿਹੜੀ ਘਟੀ ਹੈਗੀ। ਤੁਹਾਨੂੰ ਹੁਣ ਅਗਲਾ ਆ ਕੇ ਕਹਿ ਦਿੰਦਾ ਸਾਨੂੰ ਮੈਟ ਲਾਉਣੀ ਹੈਗੀ। ਹਾਂਜੀ ਹਾਂ, ਚੱਕ ਆਹ ਲਾ ਦੀਏ ਚਾਹੇ ਆਹ ਲਾ ਦੀਏ ਚਾਹੇ ਆਹ ਲਾ ਦੀਏ, ਹੈ ਨਾ, ਉਹ ਡਿਪੈਂਡ ਕਰਦਾ ਵੀ ਅੱਗੋਂ ਬੰਦਾ ਕਿਹੋ ਜਿਹਾ, ਵੀ ਜਿਹਦਾ ਜਿੰਨਾ ਕੁ ਬਜਟ ਆ ਉਹਦਾ। ਦੇਖੋ ਇਹਦਾ ਫਰਕ ਹੈਗਾ ਸ਼ੇਡ ਦਾ ਇਹਦੇ ਨਾਲ। ਸਹੀ ਗੱਲ ਹੈ ਵੀਰੇ, ਬਾਕੀ ਆਹ ਵਾਲੀ ਜਿਹੜੀ ਚੀਜ਼ ਹੈ ਇਹ ਦੂਰੋਂ ਹੀ ਦੱਸਦੀ ਹੈ ਵੈਸੇ ਤਾਂ, ਹੈ ਨਾ, ਜਿਹਨੂੰ ਪਰਖ ਹੈ। ਹਾਂਜੀ, ਇਹ ਜਿਹੜੀ ਆਪਾਂ ਕਹਿ ਦਿੰਦੇ ਹਾਂ ਨਾ ਜੀ ਬਬਲ ਫਰੀ ਆ, ਇਹ ਬਬਲ ਫਰੀ ਆ ਟੇਪ, ਇਹਦੇ ਵਿੱਚੋਂ ਤੁਸੀਂ ਇਹਦੀ ਇਹ ਨਿਸ਼ਾਨੀ ਹੁੰਦੀ ਆ, ਆਹ ਡਾਟ ਨੇ ਇਹਦੇ ਵਿੱਚ ਦੇਖੋ। ਠੀਕ ਹੈ, ਠੀਕ ਹੈ ਨਾ ਜੀ। ਓਕੇ, ਇਹਨੂੰ ਚਾਹੇ ਆਪਾਂ 5 ਸਾਲਾਂ ਬਾਅਦ ਉਤਾਰੀਏ ਗੱਡੀ ਤੋਂ, ਇੱਕ ਤਾਂ ਗਮ ਨਹੀਂ ਸੜਦੀ ਹੈਗੀ ਅਤੇ ਉਤਰੂ ਆਸਾਨੀ ਨਾਲ, ਉਹ ਵੀ ਉਤਰ ਜਾਂਦੀ ਹੈ, ਇਹਦੇ ਵਿੱਚ ਬਬਲ ਨਹੀਂ ਆਉਂਦਾ ਹੈਗਾ ਜੀ। ਅਤੇ ਜਿਵੇਂ ਆਹ ਨੇਗੀਆਂ ਇਹ ਨੋਰਮਲ ਆ ਗਈਆਂ ਜੀ, ਇਹਨਾਂ 'ਚ ਬਬਲ ਵਗੈਰਾ ਆਉਣਗੇ ਅਤੇ ਇਹ ਗਮ ਛੱਡੂਗੀ ਬਾਅਦ 'ਚੋਂ। ਓਕੇ, ਹਾਂਜੀ, ਠੀਕ ਹੈ ਵੀਰੇ, ਜਿਹੜਾ ਵਧੀਆ ਕਸਟਮਰ ਆ ਫਿਰ ਉਹ ਤਾਂ ਅਸੀਂ ਇਹੀ ਲਾਈ ਦੀ। ਓਕੇ, ਲਓ ਬਾਈ ਜੀ ਨਾ, ਜਦ ਅਸੀਂ ਆਏ ਸੀ ਬਾਈ ਲਵੇ ਨਾ, ਗੁਰਪ੍ਰੀਤ ਦਿਖਾਊਗਾ ਗੱਡੀ ਦੇ, ਵੀ ਮੈਨੂੰ ਆਹ ਜਗ੍ਹਾ ਨਾ ਖਾਲੀ ਖਾਲੀ ਜਿਹੀ ਲੱਗ ਰਹੀ ਸੀਗੀ, ਅਤੇ ਇਹਦੇ ਵਿੱਚ ਨਾ ਮੈਂ ਯਾਰ ਕੀ ਕਰਾਈਏ ਕੀ ਕਰਾਈਏ, ਆਪਣੇ ਭਰਾ ਨੂੰ ਗੁਰਪ੍ਰੀਤ ਨੂੰ ਕਹਿੰਦਾ ਯਾਰ ਪੰਜਾਬ ਲਿਖਾ ਲਈਏ, ਜਿਵੇਂ ਆਹ ਲਗਾ ਪੂਰੀ ਵਧੀਆ ਟੇਪ। ਇਹ ਦੇਖੋਗੇ ਤੁਸੀਂ ਵੀਰੇ, ਇਹ ਆਪਾਂ ਤੁਹਾਡੇ ਲਈ ਸਪੈਸ਼ਲ ਬਣਾਇਆ ਹੈ। ਹਾਂਜੀ ਵੀਰੇ, ਇਹ ਤੁਹਾਨੂੰ ਕਿਤੇ ਮਿਲੂਗਾ ਨਹੀਂ ਹੈਗਾ। ਠੀਕ ਹੈ, ਜਿਹੜਾ ਸਾਡੇ ਕੋਲ ਵਧੀਆ ਕਸਟਮਰ ਨੇ ਸਾਨੂੰ ਫਿਰ ਕੁਛ ਨਾ ਕੁਛ ਕਰਨਾ ਪੈਂਦਾ ਜੀ ਉਹਨਾਂ ਲਈ, ਮਤਲਬ ਕਿ ਜਿਹੜਾ ਅਸੀਂ ਕਹੀਏ ਵੀ ਇਹ ਸਾਡਾ ਲੋਗੋ ਬਣਾਇਆ ਹੋਇਆ। ਠੀਕ ਹੈ, ਮੋਹਰ ਲੱਗੀ ਹੋਈ ਹੈ ਸਾਡੀ, ਕੋਈ ਕਿਸੇ ਹੋਰ ਨਹੀਂ ਮਿਲਦਾ ਤੁਹਾਨੂੰ, ਲੱਗਿਆ ਵੀ ਤੁਹਾਡੀ ਗੱਡੀ 'ਤੇ ਆ ਪਹਿਲਾਂ। ਓਕੇ, ਇਹ ਪਹਿਲਾਂ ਹੀ ਲਾਇਆ ਬਾਈ, ਹੈ ਨਾ, ਇੰਡੀਆ ਦੇ ਵਿੱਚ ਇਹ ਸਟਿੱਕਰ ਆਪਣਾ ਪਹਿਲਾਂ ਹੀ ਬਾਈ ਨੇ ਆਪਣੇ ਮਾਈਂਡ ਨਾਲ ਬਣਾ ਕੇ। ਠੀਕ ਹੈ ਵੀਰੇ, ਪੱਪਾ ਜੇ ਏ ਬੀ ਸੀ ਦੀ ਕਿਤੇ ਮਿਲਦਾ ਨਹੀਂ ਹੈਗਾ, ਪੰਜਾਬ ਵੀ ਉਰੇ ਸਟਾਰਟਿੰਗ ਦੇ ਵਿੱਚ ਹੀ ਕਰਦਾ ਨਾ, ਤੇ ਮੈਂ ਇੱਕ ਚੀਜ਼ ਹੋਰ ਸੀਗੀ ਉਹਦੇ ਵਿੱਚ, ਦੋ ਤਿੰਨ ਬਾਈ ਨੇ ਸਟਿੱਕਰ ਬਣਾਤੇ, ਕਹਿੰਦਾ ਬਾਈ ਇੱਕ ਉਰੇ ਵੀ ਪੰਜਾਬ ਦਾ ਬਣਾਇਆ ਹੋਇਆ ਸੀ ਨਾ ਆਪਾਂ ਲੋਕ। ਹਾਂਜੀ ਹਾਂਜੀ, ਮਹਾਂ ਨਾ ਜੀ ਉਹ ਥੋਨੇ ਵੀ ਨਹੀਂ, ਥੋਨੇ ਵੀ ਅਨਫਿਟ ਕਰਤਾ ਵੀ ਯਾਰ, ਮੂਹਰੇ ਰੱਖੀ ਆਪਾਂ ਪੰਜਾਬ, ਹੈ ਨਾ ਬਾਈ, 4-5 ਡਿਜ਼ਾਈਨ ਬਣਾ ਕੇ ਫਿਰ ਤੁਹਾਨੂੰ ਸਿਲੈਕਟ ਆਇਆ ਇਹ, ਇਹਦੇ ਵਿੱਚ 4-5 ਡਿਜ਼ਾਈਨ ਬਣਾ ਕੇ ਫਿਰ ਆਪਾਂ ਨੇ ਸਿਲੈਕਟ ਕਰਿਆ ਬਾਈ। ਠੀਕ ਆ ਬਾਈ, ਇਹ ਤੁਸੀਂ ਵੀ ਕਮੈਂਟ ਕਰਕੇ ਦੱਸੋ ਬਾਈ, ਹੈ ਨਾ, ਇਹ ਕਿੱਦਾਂ ਲੱਗਿਆ ਹੋਇਆ ਵੀ, ਮਤਲਬ ਵੀ ਕਿਵੇਂ ਵਧੀਆ ਲੱਗਦਾ ਨਹੀਂ ਲੱਗਦਾ। ਅਤੇ ਉਸ ਤੋਂ ਬਾਅਦ ਬਾਈ ਆਪਾਂ ਗੱਲ ਕਰਦਿਆਂਗੇ ਵੀ ਜਿਹੜੀ ਵੀ, ਹੈ ਨਾ ਵੀਰੇ, ਕੋਈ ਕਹਿ ਦਈਏ ਵੀ ਜੇ ਕਿਸੇ ਨੇ ਛੱਤ ਰੈਪ ਕਰਾਉਣੀ ਹੋਵੇ, ਅੱਜ ਕੱਲ੍ਹ ਟ੍ਰੈਂਡ ਉਹੀ ਚੀਜ਼ ਦਾ ਵੀ, ਹਾਂਜੀ, ਕਿਸੇ ਨੇ ਛੱਤ ਰੈਪ ਹੋ ਜਾਂਦੀ ਹੈ। ਹਾਂਜੀ ਹਾਂ, ਅਤੇ ਉਹਦੀ ਵੀਰੇ ਕਿੰਨੀ ਫੁੱਲ ਗੱਡੀ ਹੋ ਜਾਂਦੀ ਹੈ ਜੀ, ਆਪਣੀ ਟਰੈਕਟਰ ਲੈਮੀਲੇਸ਼ਨ ਹੋ ਜਾਂਦੇ ਨੇ ਜੀ। ਹਾਂਜੀ, ਛੱਤ ਰੈਪਿੰਗ ਦਾ ਜੀ ਦੇਖੋ, ਜੇ ਤਾਂ ਵਧੀਆ 1500 ਤੋਂ ਸਟਾਰਟਿੰਗ ਹੋ ਜਾਂਦੀ ਆ। ਠੀਕ ਹੈ, ਜੇ ਆਪਾਂ ਫੁੱਲ ਵਧੀਆ ਕਰਾਉਣੀਆਂ ਲਗਭਗ 2500-3000 ਤੱਕ ਹੋ ਜਾਂਦੀ ਹੈਗੀ। ਠੀਕ ਹੈ ਵੀਰੇ, ਜਿਹੜੀ ਇਹਦੀ ਗਰੰਟੀ ਆਪਣੀ, ਉਹਦੇ ਕੋਈ ਬਬਲ ਨਹੀਂ ਆਉਂਦਾ ਹੈਗਾ, ਅਤੇ ਬਾਅਦ 'ਚੋਂ ਕੋਈ 5 ਸਾਲਾਂ ਨੂੰ ਉਤਾਰ ਲਈਏ ਉਹ ਸਿੱਧੀ ਉਤਰੂਗੀ ਜੀ। ਗਮ ਬਾਅਦ 'ਚੋਂ ਜਿਵੇਂ ਆਪਾਂ ਸਾਫ਼ ਕਰਾਉਣੀ ਪੈਂਦੀ ਹੈ, ਗਮ ਛੱਡੂਗੀ, ਉਹ ਪ੍ਰੋਬਲਮ ਨਹੀਂ ਆਉਂਦੀ ਉਹ 'ਚ। ਠੀਕ ਹੈ ਵੀਰੇ, ਓਕੇ, ਚਲੋ ਜੀ, 1500-2000 ਤੋਂ ਆਪਾਂ ਕਹਿੰਦੇ ਛੱਤ ਜੇ ਕਿਸੇ ਨੇ ਰੈਪ ਕਰਾਉਣੀ ਹੈਗੀ ਉਹ ਤੋਂ ਸਟਾਰਟ ਨੋਰਮਲ। ਹਾਂਜੀ ਨੋਰਮਲ, ਕਿਉਂਕਿ ਸਾਡੇ ਕੋਲ ਕਈ ਵਾਰੀ ਕਾਰ ਬਾਜ਼ਾਰ ਵਾਲੇ ਆ ਜਾਂਦੇ ਨੇ ਜੀ, ਕਹਿ ਦਿੰਦੇ ਨੇ ਸਾਨੂੰ ਸਿਰਫ ਕੰਮ ਸਾਰਨਾ ਗਾ, ਗੱਡੀ ਗਾਹਾਂ ਸੇਲ ਕਰਨੀ ਹੈ ਜੀ, ਫਿਰ ਉਸ ਹਿਸਾਬ ਨਾਲ ਕੰਮ ਕਰਨਾ ਪੈਂਦਾ ਜੀ। ਤੇ ਇਹ ਚੀਜ਼ਾਂ ਹੋ ਗਿਆ ਵੀ, ਹੈ ਨਾ, ਕਿਸੇ ਨੇ ਬਾਈਕ ਲੈਮੀਨੇਸ਼ਨ ਕਰਾਉਣੀ ਉਹ ਵੀ ਹੋ ਗਈ ਆਪਣੇ ਲਈ। ਹਾਂਜੀ, ਬਾਈਕ ਤੇ ਬਾਕੀ ਜੇ ਕਿਸੇ ਨੇ ਫੋਨ ਲੈਮੀਨੇਸ਼ਨ ਕਰਾਉਣਾ ਹੋਵੇ ਉਹਦੇ ਵਾਸਤੇ ਸਪੈਸ਼ਲ ਆਈ ਸਾਡੇ ਲਈ। ਠੀਕ ਹੈ, ਬਹੁਤ ਦੂਰੋਂ ਦੂਰੋਂ ਆਉਂਦੇ ਨੇ ਆਪਣੇ ਕੋਲੇ। ਠੀਕ ਹੈ, ਜਿਵੇਂ ਆਹ ਤੁਸੀਂ ਦੇਖ ਰਹੇ ਹੋਵੋਗੇ ਸਕਿੰਨਾਂ ਨੇ, ਸਾਰੀਆਂ ਫੋਨ ਵਾਲੀਆਂ ਸਕਿੰਨਾਂ ਨੇ ਜੀ। ਠੀਕ ਹੈ, ਤੇ ਹੋਰ ਬਹੁਤ ਤਰ੍ਹਾਂ ਦੀਆਂ ਸਕਿੰਨਾਂ ਹੁੰਦੀਆਂ ਨੇ, ਉਹ ਮੈਂ ਤੁਹਾਨੂੰ ਦਿਖਾ ਦਿੰਦਾ। ਬੜਾ ਦਿਖਾਓ ਸਾਨੂੰ, ਲਓ ਬਈ, ਤੁਹਾਨੂੰ ਸਕਿੰਨਾਂ ਦਿਖਾਊਗਾ ਬਈ ਨਾ, ਜੇ ਕੋਈ ਵੀ ਕਿਸੇ ਲਵੇ ਆਈਫੋਨ ਹੈ, ਕੋਈ MI ਦਾ, ਕੋਈ ਵੀਵੋ ਦਾ, ਕਿੱਦਾਂ ਦਾ ਵੀ ਫੋਨ ਹੈ, ਅਗਰ ਕਿੱਦਾਂ ਦਾ ਵੀ ਕੋਈ ਕਿਸੇ ਦਾ ਬ੍ਰੋਕਨ ਹੋਇਆ ਹੋਇਆ ਜੀ ਪਿੱਛੋਂ ਫੋਨ, ਉਹਦੀ ਲੁੱਕ ਬਿਲਕੁਲ ਚੇਂਜ ਹੋ ਜਾਂਦੀ ਹੈ ਜੀ। ਠੀਕ ਹੈ ਵੀਰੇ, ਤੇ ਅੱਛਾ ਜਿਵੇਂ ਹੁਣ ਇਹ ਵਾਲੀ ਹੈ ਵੀਰੇ, ਹੈ ਨਾ, ਇਹਨੂੰ ਜਿਵੇਂ ਆਈਫੋਨ ਜਿਹੜਾ ਮਰਜ਼ੀ ਹੈਗਾ ਉਹਦੀ ਸ਼ੇਪ 'ਚ ਤੁਸੀਂ, ਉਹਦੀ ਸ਼ੇਪ 'ਚ ਕੱਟ ਕੇ ਜੀ, ਉਹਦੀ ਸ਼ੇਪ 'ਚ ਕੱਟ ਕੇ ਤੁਸੀਂ ਲਾ ਦੇਣਾ। ਠੀਕ ਹੈ ਵੀਰੇ, ਲਓ ਜੀ ਬਾਈ ਮਿੱਤਰੋ, ਤੇ ਇਹਨੂੰ ਆ ਜਾਂਦੇ ਨੇ ਜਿੱਦਾਂ ਦੇਖੋ ਟੈਕਚਰ ਹੋਣਗੇ ਇਹਦੇ 'ਚ। ਠੀਕ ਹੈ ਜੀ, ਇਹ 3D ਸਕਿਨ ਆ ਜਾਂਦੀ ਹੈ ਜੀ। ਓਕੇ, ਹਾਂ, ਇਹ ਥੋੜ੍ਹੀ ਆਮ ਨਾਲੋਂ ਕੋਸਟਲੀ ਹੁੰਦੀ ਹੈਗੀ। ਓਕੇ, ਇਹ ਕੋਈ ਕੋਈ ਜਿਹੜਾ ਕੋਈ ਅਸੀਂ ਨੇ ਸਪੈਸ਼ਲੇ ਲਵਾਉਣੀ ਹੈ ਜੀ। ਓਕੇ, ਚੈੱਕ ਕਰੋ ਜੀ ਤੁਸੀਂ, ਇਹ ਇੰਬੋਸਡ ਵਾਲੀ ਆ ਗਈ ਨਾ। ਹਾਂਜੀ ਹਾਂਜੀ, ਇਹ ਉੱਪਰ ਨੂੰ ਉੱਭਰੀ ਹੋਈ ਹੁੰਦੀ ਹੈ, ਉੱਪਰ ਨੂੰ ਹੁੰਦੀ ਹੁੰਦੀ ਹੈ ਜੀ। ਠੀਕ ਹੈ ਵੀਰੇ, ਤੇ ਇਹ ਨਾ ਜੀ ਸਾਰੀ ਕਟਿੰਗ ਇਹਦੇ ਜਦੋਂ ਆਪਾਂ
ਜੀਰੋ ਜੀਰੋ ਫਿਟਿੰਗ ਕਰਕੇ ਆ ਹੋਈ ਹੋਈ ਹੈ ਜਿਵੇਂ ਆਹ ਵਾਲੀ ਹੋਈ ਹੋਈ ਚੈੱਕ ਕਰੋ ਦੇਖੋ ਲਓ ਜੀ ਆ ਸਾਰੀ ਬਲੇਟ ਨਾਲ ਇਹ ਵਾਲੀ ਕੀ ਠੀਕ ਆ ਬਾਈ ਇਹ ਤੁਹਾਡੇ ਫੋਨ ਤੇ ਜਿੱਦਾਂ ਮਤਲਬ ਜਿੰਨਾਂ ਨੂੰ ਬਾਈ ਇਸ ਚੀਜ਼ ਦਾ ਇੰਟਰਸਟ ਹੈਗਾ ਜੇ ਕੋਈ ਸਪੈਸ਼ਲ ਆਪਦੀ ਫੋਟੋ ਲਈ ਕਰਾ ਕੋਈ ਕਰਾਉਣੀ ਚਾਹੁੰਦਾ ਵੀ ਫੋਟੋ ਵਾਲੀ ਕਰਨੀ ਹੈ ਬੱਚੇ ਦੀ ਉਹ ਵੀ ਕਰ ਦਿੰਨੇ ਜੀ ਉਹ ਵੀ ਹੋ ਜੂਗੀ ਹਾਂ ਜੀ ਠੀਕ ਆ ਵੀਰੇ ਲਓ ਜੀ ਬਾਈ ਇਹ ਵੀ ਬੜੀ ਚੀਜ਼ ਵਧੀਆ ਨਾ ਵੀਰੇ ਇਹ ਵਾਲੀ ਚੀਜ਼ ਵੀਰੇ ਕਿੰਨੇ ਰੁਪਏ ਦੀ ਹੋ ਜਾਂਦੀ ਹੈ ਮੰਨ ਕੇ ਚੱਲੀ ਜੇ ਆਮ ਜੀ 150 ਰੁਪਏ ਤੋਂ ਸਟਾਰਟ ਹੈ 150 ਰੁਪਏ ਤੋਂ 150 ਰੁਪਏ ਦੀ ਆਮ ਹੋ ਜਾਂਦੀ ਹੈ ਨਾ ਓਕੇ ਠੀਕ ਹੈ 250 ਰੁਪਏ ਤੱਕ ਹੋ ਜਾਂਦੀ ਹੈ ਇਸ ਤੋਂ ਇਲਾਵਾ ਜੀ ਆਪਣੇ ਕੋਲ ਲੈਪਟਾਪ ਹੋ ਜਾਂਦੇ ਨੇਗੇ ਤੇ ਫੋਟੋਗ੍ਰਾਫਰ ਦੇ ਕੈਮਰੇ ਠੀਕ ਹੈ ਕੈਮਰੇ ਕਰਨੇ ਬਹੁਤ ਔਖੇ ਨੇ ਨਹੀਂ ਕੈਮਰਾ ਜਿਹੜਾ ਮਰਜ਼ੀ ਹਾਂ ਜੀ ਹਾਂ ਕੈਮਰਾ ਜਿਹੜਾ ਮਰਜ਼ੀ ਹੋਵੇ ਲੈਪਟਾਪ ਜਿਹੜਾ ਮਰਜ਼ੀ ਹੋਵੇ ਜੀ ਓਕੇ ਹਾਂ ਲਓ ਬਈ ਇੱਕ ਗੱਲ ਮੈਂ ਕਰਾਂ ਹਨਾ ਵੀ ਸਾਨੂੰ ਅੱਜ ਤੋਂ ਸਾਲ ਕੁ ਪਹਿਲਾਂ ਦੀ ਗੱਲ ਕਰੀਏ ਸਾਲ ਕੁ ਪਹਿਲਾਂ ਸਾਨੂੰ ਅਸੀਂ ਲੱਭਦੇ ਰਹਿੰਦੇ ਭਾਈ ਯਾਰ ਕਿੱਥੋਂ ਹੋਊਗਾ ਕੈਮਰਾ ਲੈਪਟਾਪ ਕਿੱਥੋਂ ਹੋਊਗਾ ਸਾਨੂੰ ਖੁਦ ਵੀ ਲੁਧਿਆਣੇ ਜਾਣਾ ਪੈਂਦਾ ਸੀ ਵੀਰੇ ਹਨਾ ਉਹ ਕਰਾਉਣ ਵਾਸਤੇ ਪਰ ਉਹ ਵੀ ਇਹਨਾਂ ਜਿਵੇਂ ਮੰਨ ਕੇ ਚਲੋ ਲੈਮੀਨੇਸ਼ਨ ਕਿਤੋਂ ਕਟਿੰਗ ਰਹੇਗੀ ਤੋਂ ਕਿਤੋਂ ਕਟਿੰਗ ਰਹੇਗੀ ਨਾ ਵੀ ਉਹ ਚੀਜ਼ ਦਾ ਹੁੰਦਾ ਮਤਲਬ ਵੀ ਤੁਸੀਂ 0-0 ਕਰਕੇ 0-0 ਜੀ ਜਮਾ 0-0 ਲੈਪਟਾਪ ਦੇ ਕੀਬੋਰਡ 'ਚ ਵੀ ਹੋਊਗਾ ਜੀ ਠੀਕ ਹੈ ਵੀਰੇ ਓਕੇ ਉਹਦੇ ਬਟਨ ਵੀ ਕਲੀਅਰ ਕਰਾਂਗੇ ਠੀਕ ਹੈ ਵੀਰੇ ਲਓ ਬਾਈ ਮਿੱਤਰੋ ਕਿਸੇ ਨੇ ਵੀ ਕੋਈ ਐਪਲ ਦਾ ਮਤਲਬ ਜਿੱਦਾਂ ਦੇ ਵੀ ਸਾਰੇ ਲੈਪਟਾਪ ਜਿਹੜੇ ਆਲ ਇੰਸਟਾ ਤੇ ਹੈਗੇ ਹੀ ਹੈ ਜੀ ਸਿੰਦਾੜ ਧੂਰੀ ਦੋਨੋਂ ਤੇ ਸਰਚ ਕਰੋਗੇ ਆਪਣਾ ਹੀ ਨਿਕਲੂਗਾ ਉੱਥੇ ਓਕੇ ਤੇ ਉਹਦੇ ਵਿੱਚ ਸਾਰਾ ਕੁਝ ਕੰਮ ਅਸੀਂ ਕਰਦੇ ਹਾਂ ਜਿਹੜਾ ਸਾਰਾ ਉਹਦੇ ਵਿੱਚ ਪਾਇਆ ਹੋਇਆ ਜੀ ਓਕੇ ਠੀਕ ਹੈ ਵੀਰੇ ਲਓ ਬਈ ਹਣਾ ਜੇ ਕਿਸੇ ਨੇ ਵੀ ਕੁਝ ਵੀ ਕਰਵਾਉਣਾ ਤਾਂ ਤੁਸੀਂ ਇੱਕ ਵਾਰ ਵਿਜ਼ਿਟ ਕਰ ਸਕਦੇ ਹੋ ਚਾਹੇ ਬਾਈ ਨੂੰ ਫੋਨ ਤੇ ਕੰਟੈਕਟ ਕਰ ਸਕਦੇ ਹੋ ਤੇ ਧੂਰੀ ਸ਼ਹਿਰ ਨਾ ਬੁੱਤ ਵਾਲੇ ਚੌਂਕ ਦੇ ਬਿਲਕੁਲ ਨੇੜੇ ਬਾਈ ਉਹਨਾਂ ਦਾ ਸ਼ੌਪ ਹੈਗੀ ਕੰਮ ਬਹੁਤ ਪੁਰਾਣਾ ਬਾਈ 1999 ਤੋਂ ਕੰਮ ਆ ਬਹੁਤ ਸੁਲਝੇ ਹੋਏ ਬਾਈ ਨੇ ਨਾ ਬਹੁਤ ਪਿਆਰ ਨਾਲ ਵੀ ਤੁਹਾਡਾ ਕੰਮ ਆ ਨਾ ਜਿਹੜਾ ਮਤਲਬ ਬਾਈ ਹੋਰੀ ਕੰਮ ਕਰ ਰਹੇ ਨੇ ਜਿੰਨਾ ਟਾਈਮ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਹੁੰਦੀ ਉਹਨਾਂ ਟਾਈਮ ਉਹਨੂੰ ਇਹ ਨਹੀਂ ਕਰਦੇ ਵੀਰ ਵੀਰ ਅੱਕਣ ਵਾਲਾ ਕੰਮ ਨਹੀਂ ਕਰਦੇ ਸਾਨੂੰ ਵਾਹਵਾ ਟਾਈਮ ਹੋ ਗਿਆ ਬਾਈ ਸਾਡੇ ਕੋਲ ਖੁਸ਼ ਕਰਕੇ ਹੀ ਤੋਰੀ ਜਿਵੇਂ ਬਾਈ ਨੇ ਨਾ ਆ ਦੇਖੋ ਆਪਦੇ ਨਾਮ ਦਾ ਇਹ ਲਾਈਟਿੰਗ ਵਾਲੀ ਪਲੇਟ ਲਾਈਟਿੰਗ ਵਾਲੀ ਪਲੇਟ ਲਾਈ ਹੋਈ ਹੈਗੀ ਨੇਮ ਪਲੇਟ ਬਣਾਉਣੀ ਹੋਵੇ ਕਿਸੇ ਨੇ ਇਹ ਵੀ ਬਣਵਾਉਣੀ ਹੋਵੇ ਘਰ ਵਾਲੀ ਨੇਮ ਪਲੇਟ ਬਣਵਾਉਣੀ ਹੋਵੇ ਠੀਕ ਹੈ ਵੀਰੇ ਦੇਖੋ ਲਓ ਜੀ ਬਾਈ ਦੇਖੋ ਠੀਕ ਹੈ ਤੇ ਇਦਾਂ ਦੀ ਵੀ ਤੁਸੀਂ ਨਾ ਕਰਵਾ ਸਕਦੇ ਜਿਵੇਂ ਘਰ ਵਾਲੀ ਪਲੇਟ ਜਿਵੇਂ ਹੁਣ ਆ ਹੋ ਗਈਆਂ ਜੇ ਕਿਸੇ ਨੇ ਇਦਾਂ ਦੀ ਕਰਵਾਉਣੀ ਹੋਵੇ ਹਾਂਜੀ ਹਾਂਜੀ ਨੇਮ ਪਲੇਟ ਇਦਾਂ ਤਿਆਰ ਕਰ ਸਕਦੇ ਹੋਰ ਬਹੁਤ ਕੁਝ ਜਿਹੜਾ ਤੁਹਾਡੇ ਮਾਈਂਡ ਤੇ ਚੱਲ ਰਿਹਾ ਬਾਈ ਕ੍ਰੈਲਿਕ ਲੈਟਰਾਂ ਦੇ ਵਿੱਚ ਹੋ ਜਾਂਦੀ ਹੈ ਜੀ ਠੀਕ ਹੈ ਵੀਰੇ ਇਹ ਵੀ ਹੋ ਜਾਂਦੀਆਂ ਨੇ ਆਪਣੇ ਕੋਲੇ ਓਕੇ ਤੇ ਬਾਕੀ ਹੋਰ ਬਾਈ ਬਹੁਤ ਕੁਝ ਆ ਦੇਖੋ ਜੀ ਆ ਜਿਵੇਂ ਗੱਡੀ ਦੇ ਲੱਗਣ ਲਈ ਨਾ ਫਰੰਟ ਤੇ ਲੋਗੋ ਬਣਦਾਗਾ ਇਹ ਓਕੇ ਜਿਵੇਂ ਜਦੋਂ ਲੋਡ ਆ ਉਤਾਰ ਲਓ ਇਹਨੂੰ ਫਰੰਟ ਸੀਸੇ ਤੇ ਲੱਗ ਜਾਂਦਾ ਅੰਦਰ ਠੀਕ ਹੈ ਵੀਰੇ ਇਦਾਂ ਇਹ ਜਦੋਂ ਮਰਜ਼ੀ ਇਹਨੂੰ ਵਿੱਚ ਪਾ ਲਓ ਓਕੇ ਇੱਕ ਗੱਲ ਹੋਰ ਕਰੀਏ ਬਾਈ ਨੇ ਇੱਕ ਹੋਰ ਛੋਟਾ ਤੋਹਫਾ ਦਿੱਤਾ ਸਾਨੂੰ ਆ ਚੈੱਕ ਕਰੋ ਬਾਈ ਲੋ ਮਾਈ ਰਾਈਡ ਧੂਰੀ ਦਾ ਬਾਈ ਕਹਿੰਦਾ ਸਪੈਸ਼ਲ ਬਣਾ ਕੇ ਦਊਂਗਾ ਤੁਹਾਨੂੰ ਅਸੀਂ ਬੜਾ ਸੋਹਣਾ ਬਣਾਇਆ ਬਾਈ ਨੇ ਨਾ ਵੀ ਬਾਈ ਕਹਿੰਦਾ ਤੁਸੀਂ ਆਹ ਰੱਖਿਆ ਇਹ ਪੋਕਿਟ ਤੇ ਲਾਉਣ ਵਾਸਤੇ ਇੱਦਾਂ ਵੀ ਤੁਸੀਂ ਇੱਦਾਂ ਵੀ ਲਾ ਸਕਦੇ ਹੋ ਬਾਈ ਹੈ ਨਾ ਇਹ ਵੀ ਬੜੀ ਘੈਂਟ ਚੀਜ਼ ਆ ਗਈ ਇੱਕ ਗੱਡੀ ਦੇ ਸਾਹਮਣੇ MRD ਦਾ ਆਪਣੇ ਪਲੇਟ ਨੇਮ ਪਲੇਟ ਬਣਾਈ ਸੀ ਉਹ ਵੀ ਬਾਈ ਨੇ ਬਣਾਈ ਸੀਗੀ ਅਤੇ ਜਿਹੜਾ ਸਾਰਾ ਕੰਮ ਆਪਾਂ ਕਰਾਉਣਾ ਬਾਈ ਤੋਂ ਕਰਾਉਣਾ ਕਿਉਂਕਿ ਬਾਈ ਦਾ ਹੱਥ ਬਹੁਤ ਸਾਫ਼ ਆ ਬਾਈ ਤੁਸੀਂ ਕੁਛ ਵੀ ਕਰਾਉਣਾ ਹੈ ਨਾ ਆਪਾਂ ਕਹਿੰਦੇ ਵੀ ਆਪਾਂ ਮਹਿੰਗੇ ਸੰਦ ਲਏ ਹੁੰਦੇ ਨੇ ਆਪਾਂ ਉਹਦੇ 'ਤੇ ਕੁਛ ਕਰਾਈਏ ਤਾਂ ਸੋਹਣਾ ਲੱਗੇ ਹੈ ਨਾ ਵੀ ਕਿਸੇ ਪਾਸੋਂ ਕੋਈ ਕਮੀ ਨਾ ਰਹਿ ਜੇ ਇਸ ਕਰਕੇ ਬਾਈ ਹੋਲੇ ਤੁਸੀਂ ਵਿਜ਼ਿਟ ਕਰ ਸਕਦੇ ਹੋਗੇ ਤੇ ਰੇਟ ਵੀ ਜੈਨੂਇਨ ਹੋਣਗੇ ਐਸੀ ਗੱਲ ਨਹੀਂ ਨਾ ਮਾਰਕੀਟ ਨਾਲੋਂ ਕਿਤੇ ਕੁਆਲਿਟੀ ਦੇ ਹਿਸਾਬ ਨਾਲ ਰੇਟ ਹੋਊਗਾ ਹਾਂਜੀ ਕੁਆਲਿਟੀ ਦੇ ਹਿਸਾਬ ਕੁਆਲਿਟੀ ਦੇ ਹਿਸਾਬ ਨਾਲ ਰੇਟ ਹੁੰਦਾ ਬਾਕੀ ਬਾਈ ਤੁਸੀਂ ਧੂਰੀ ਸ਼ਹਿਰ ਜ਼ਿਲ੍ਹੇ ਸੰਗਰੂਰ ਦੇ ਵਿੱਚ ਆ ਸਕਦੇ ਹੋਗੇ ਠੀਕ ਹੈ ਵੀਰੇ ਫਿਰ ਮਿਲਦੇ ਹਾਂ ਓਕੇ ਜੀ ਬਹੁਤ ਛੇਤੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਆਉਣ ਲਈ